ਗੋਪੀ ਲੂੰਗੀ ਤੇ ਸੋਨੀ ਕਰਿਊ ਇਕੱਠੇ ਸ਼ੁਰੂ ਹੋਏ ਸੀ, ਹੈਨਾ? ਹੁਣ ਬਈ ਸੋਨੀ ਦੇ ਜਿਹੜਾ ਛੋਟੇ ਹੈਗਾ ਆ ਉਹਦੀ ਵਿਚਾਰੀ ਡੈਥ ਹੋ ਗਈ, ਉਹ ਬਈ ਇਹ ਗੋਪੀ ਬਾਈ ਨੂੰ ਫੀਲ ਹੋਇਆ ਵੀ ਯਾਰ ਸ਼ੁਰੂ ਸ਼ੁਰੂਆਤੀ ਦੌਰ ਚ ਸਫ਼ਰ ਸ਼ੁਰੂਆਤ ਇਕੱਠੇ ਹੋਈ, ਉਸ ਹੁਣ ਕਿਤਨਾ ਕਿਤੇ ਉਹ ਸਾਂਝ ਉਹ ਪਿਆਰ ਉਹ ਟੁੱਟ ਗਿਆ, ਉਹ ਮਤਲਬ ਕਾਫੀ ਟਾਈਮ ਤੋਂ ਦਿਖੇ ਵੀ ਨੀ ਆਪਸ ਚ। ਹਾਂ ਵੀਰੇ, ਉਹ ਮੈਨੂੰ ਨਾ ਦੁੱਖ ਹੁੰਦਾ ਜੇ ਮੈਨੂੰ ਨੀ ਸੀ ਪਤਾ ਵੀ ਉਹਦੀ ਇੰਨੀ ਘੱਟ ਉਮਰ ਸੀਗੀ, ਮੈਨੂੰ ਇੰਨਾ ਥੋੜੀ ਖੁਸ਼ੀ ਆ ਕਿ ਜਿੱਦਣ ਉਹਦੀ ਡੈਥ ਹੋਈ ਆ ਉਹ ਤੋਂ 5 ਦਿਨ ਪਹਿਲਾਂ ਮੈਨੂੰ ਫੋਨ ਹੋਇਆ, ਅੱਛਾ ਬਾਈ ਮੈਂ ਵਾਪਸ ਆਉਣਾ ਚਾਹੁੰਦਾ। ਅੱਛਾ, ਦੂਜੀ ਗੱਲ ਹੋਰ ਆ ਵੀ ਮੈਂ ਇੱਕ ਗਾਣਾ ਬਣਾ ਰਿਹਾ, ਤੁਸੀਂ ਵਿੱਚ ਰੈਪ ਕਰ ਦੋਗੇ, ਅੱਛਾ, ਤੇ ਤੁਸੀਂ ਤਾਂ ਹੁਣ ਪੈਸੇ ਬਹੁਤ ਲੈਂਦੇ ਹੋਣੇ। ਮੈਂ ਉਹਨੂੰ ਇਹ ਗੱਲ ਕਹੀ, ਮੈਂ ਖੁਸ਼ ਹਾਂ ਤੇ ਮੈਂ ਉਹਨੂੰ ਇਹ ਗੁੱਡ ਜਵਾਬ ਦਿੱਤਾ, ਮੈਂ ਉਹਨੂੰ ਇਹ ਗੱਲ ਕਹੀ ਮੈਂ ਪੈਸੇ ਜਿੰਨੇ ਮਰਜ਼ੀ ਲੈਣਾ ਤੇਰੇ ਲਈ ਨਹੀਂ, ਮੈਂ ਤੇਰੇ ਲਈ ਮੈਂ ਲਾਉਂਗੀ ਆਈ ਆ, ਹਨਾ ਗੋਪੀ ਆ, ਤੇ ਮੇਰਾ ਇੱਕ ਵਾਅਦਾ ਆ ਇੱਕ ਸ਼ਰਤ ਵਾਰ ਰੈਪ ਕਰਨ ਦੀ, ਮੇਰੀ ਸ਼ਰਤ ਇਹ ਆ ਕਿ ਮੈਂ ਤੇਰੇ ਗਾਣੇ ਚ ਰੈਪ ਕਰ ਦੂੰਗਾ, ਬਟ ਤੂੰ ਜਿਹੜੀ ਉਹਦੀ ਵੀਡੀਓ ਆ ਵੀਡੀਓ ਵੱਡੇ ਲੈਵਲ ਦੀ ਕਰਨੀ, ਕਿਉਂਕਿ ਮੈਂ ਹੁਣ ਵੱਡੇ ਲੈਵਲ ਦੀਆਂ ਵੀਡੀਓ ਕਰਦਾ, ਕਿ ਤੂੰ ਉਹ ਨਾ ਜਗਾੜ ਪੁਰਾਣੀ ਵਾਲਾ ਕੰਮ ਨਾ ਕਰੀ, ਤੇ ਮੇਰੀ ਇਹ ਵੋਇਸ ਲੈ ਲਾ ਉਹਨੂੰ ਜਿੱਥੇ ਮਰਜ਼ੀ ਵੇਚ ਲਈ ਜੋ ਮਰਜ਼ੀ ਕਰ ਲਈ, ਤੇ ਮੇਰੀ ਮੈਨੂੰ ਅੱਜ ਜੇ ਮੈਂ ਉਸ ਦਿਨ ਉਹਨੂੰ ਨਾ ਕਰਦਾ ਤੇ ਇਸ ਵੇਲੇ ਕਹਿੰਦੇ ਇੱਥੇ ਸੋਰੀਆਂ ਗਲਤੀਆਂ ਮੰਗੀਆਂ, ਨਾ 10 ਮਿੰਟਾਂ ਜਦ ਜ਼ਿੰਦਗੀ ਬਦਲ ਜਾਂਦੀ ਬੰਦੇ ਦੀ, ਤੇ ਇੱਥੇ ਰਹਿ ਜਾਂਦੀਆਂ। ਮੈਨੂੰ ਅੱਜ ਚਲੋ ਇਹ ਖੁਸ਼ੀ ਆ ਕਿ ਉਹਦਾ ਮੈਨੂੰ ਫੋਨ ਆਇਆ ਸੀ, ਰੂਹ ਵੀ ਨੀ ਕੰਧੀ ਹੋਊਗੀ ਵੀ ਲੌਂਗੀ ਤੋਂ ਮੰਗਿਆ ਹੀ ਲੌਂਗੀ ਨੇ ਨਾ ਕਰਦਾ, ਤੇ ਮੈਂ ਉਹਨੂੰ ਇਹ ਕਹਿਤਾ ਸੀ। ਤੇ ਹੁਣ ਪੋਲੀਵੁੱਡ ਵਾਲੇ ਕਈ ਆ ਉਹ ਪੋਸਟਾਂ ਪਾਈ ਜਾਂਦੇ ਆ ਨਾ ਪੋਲੀਵੁੱਡ ਵਾਲੇ, ਮੈਂ ਉਹਨਾਂ ਨੂੰ ਕਹਿੰਦਾ ਚੈਨਲਾਂ ਨੂੰ ਵੀ ਸਰਾਈਏ ਉਹ ਜਿੰਦਾ ਤੁਹਾਡੇ ਕੋਲੋਂ ਕੰਮ ਮਰਦਾ ਮੰਗ ਗਿਆ, ਕੰਮ ਮੰਗਦਾ ਤੁਹਾਡੇ ਕੋਲੋਂ ਮਰ ਗਿਆ ਉਹ, ਹਨਾ ਤੁਸੀਂ ਉਹਨੂੰ ਵਿਚਾਰੇ ਨੂੰ ਕੰਮ ਨੀ ਦਿੱਤਾ, ਹਨਾ, ਤੇ ਹੁਣ ਐਵੇਂ ਕਾਹ ਨੂੰ ਵਿਊਆਂ ਕਰਕੇ ਉਹਦੀ ਪੋਸਟ ਪਾਉਂਦੇ ਆ। ਮੈਨੂੰ ਇਹ ਬੁਰਾ ਲੱਗਦਾ, ਮੈਂ ਹਾਲੇ ਤੱਕ ਉਹਦੀ ਪੋਸਟ ਨਹੀਂ ਸ਼ੇਅਰ ਕੀਤੀ, ਹਨਾ, ਹੁਣ ਵੀ ਮੇਰੇ ਇੰਸਟਾਗ੍ਰਾਮ ਤੇ ਸਾਰਿਆਂ ਨੂੰ ਪਤਾ ਨਹੀਂ ਮੈਂ ਸ਼ੇਅਰ ਕੀਤੀ, ਪਰ ਦਿਲ ਚ ਪਿਆਰ ਹੋਣਾ ਚਾਹੀਦਾ। ਕੋਈ ਦਿੱਕਤ ਸੀਗੀ ਉਹਨਾਂ ਨੂੰ ਕੁਛ, ਤੁਹਾਡੇ ਪੈਸੇ ਪੂਸੇ ਵੱਲੋਂ ਦਿੱਕਤ ਸੀਗੀ? ਨਹੀਂ, ਬਹੁਤ ਦਿੱਕਤ ਆ ਉਹ, ਮੈਂ ਹਾਲੇ ਵੀ ਤਾਂ ਕਹਿੰਦਾ ਵੀ ਜਿਹੜੇ ਵੀ ਭਰਾ ਦੇਖਦੇ ਆ ਉਹਦੇ ਪਰਿਵਾਰ ਦੀ ਹੈਲਪ ਕਰੋ, ਉਹ ਇਕੱਲਾ ਇਕੱਲਾ ਬੱਚਾ ਸੀ ਤੇ ਉਹ ਤਾਂ ਸਦਾਈ ਵਾਲਾ ਹੀ ਹਾਲ ਹੋਇਆ ਉਹਦੇ ਫਾਦਰ ਦਾ, ਠੀਕ ਆ, ਚਲੋ ਜਿੰਨਾ ਕੁ ਮੈਂ ਹੈਗਾ ਮੈਂ ਫਿਰ ਵੀ ਹੈਲਪ ਕਰੂੰਗਾ ਜਿੰਨਾ ਵੀ ਮੇਰੀ ਜੇਬ ਆ, ਭਾਵੇਂ ਮੈਂ ਉੱਦਾਂ ਜਦੋਂ ਉਹ ਸੀਗਾ ਮੈਂ ਕਦੀ ਪੈਸੇ ਨਹੀਂ ਦੇ ਦਿੱਤੇ, ਮੈਂ ਵੀ ਉੱਦਾਂ ਕਹਿਦਾ ਤੇ ਨਾ ਉਹਨੇ ਮੈਨੂੰ ਉੱਦਾਂ ਚਲੋ ਉੱਥੋਂ ਕਦੀ ਭਾਈ ਬਾਈ 2000 ਦੇ 5000 ਏਦਾਂ ਦਾ ਮੇਰੇ ਤੋਂ ਕੰਧਾ ਹੀ ਰਹਿੰਦਾ ਸੀਗਾ, ਚਲੋ ਕਰਦਾ ਹੀ ਰਹਿੰਦਾ ਸੀ, ਕਦੀ ਵੱਡੀ ਅਮਾਊਂਟ ਮੈਂ ਕਦੀ ਨਾ ਉਹਨੇ ਏਦਾਂ। ਹਾਂ, ਮੇਰਾ ਉਹਨਾਂ ਤਾਂ ਨਹੀਂ, ਮੇਰੀ ਨਿਭੀ ਉਹ ਉੱਠਦਾ ਸੀ 12 ਵਜੇ, ਮੈਂ ਉੱਠਦਾ ਸੀਗਾ, ਇਹ ਛੋਟੀਆਂ ਛੋਟੀਆਂ ਲੜਾਈਆਂ ਬੰਦਾ ਜੀਂਦਾ ਹੀ ਕਰਦਾ ਬਾਅਦ ਚ ਯਾਦ ਆਉਂਦੀ, ਮੈਂ ਉੱਠਦਾ ਸੀਗਾ ਜਿੱਦਾਂ ਸਵੇਰੇ 6 ਵਜੇ, ਅਸੀਂ 10 ਵਜੇ ਤੱਕ ਸਟੂਡੀਓ ਚਲ ਜਾਣਾ, ਉਹਨੇ ਫਿਰ ਸਾਨੂੰ ਪਿੱਛੋਂ ਫੋਨ ਕਰਕੇ ਤੰਗ ਕਰਨਾ, ਮੈਨੂੰ ਲੈ ਕੇ ਜਾਓ ਆ ਕੇ, ਲੈ ਰੋਜ਼ ਦੀ ਰੂਟੀਨ ਜੀ ਇੱਦਾਂ ਹੋ ਗਈ। ਫਿਰ ਰਾਤ ਨੂੰ ਉਹਨੂੰ 11-11 ਵਜੇ ਮੁੰਡਿਆਂ ਨਾਲ ਫੰਕਸ਼ਨ ਕਰੀ ਜਾਣਾ, ਵੀਡੀਓ ਜੇ ਉਹ, ਹਨਾ, ਤੇ ਉਹ ਫਿਰ ਜਿੱਦਾਂ ਮੈਂ ਖਿੱਚਦਾ ਸੀਗਾ, ਮੈਂ ਕਿਹਾ ਮੈਂ ਸੋ ਜਾਂਦਾ ਤੇ ਮੈਂ 10 ਵਜੇ ਸੌ ਜਾਣਾ, ਤੇਰੇ ਕਰਕੇ ਮੈਨੂੰ 12 ਵਜੇ ਫਿਰ ਉੱਠ ਕੇ ਕੁੰਡਾ ਖੋਲਣਾ ਪੈਂਦਾ, ਨਿੱਕੀਆਂ ਨਿੱਕੀਆਂ ਗੱਲਾਂ ਤਾਂ ਉਹਦੀ ਲੜਦੇ ਰਹਿੰਦੇ, ਹੁਣ ਦੁੱਖ ਹੁੰਦਾ। ਪਰ ਮੈਂ ਇੱਕ ਗੱਲ ਕਹਿੰਦਾ, ਕਿਸੇ ਨੇ ਵੀ ਉਹਦਾ ਗਾਣਾ ਰਿਕਾਰਡ ਨਹੀਂ ਕਰਕੇ ਰੱਖਿਆ ਹੋਊਗਾ, ਮੇਰੇ ਕੋਲ ਉਹਦਾ ਗਾਣਾ ਅੱਜ ਵੀ ਰਿਕਾਰਡ ਪਿਆ, ਮੈਂ ਉਹ ਗਾਣਾ ਰਿਲੀਜ਼ ਕਰੂੰਗਾ ਸੋਨੀ ਦਾ। ਉਹਦਾ ਚਾਅ ਸੀਗਾ ਆਪਣੇ ਨਾਲ ਰੈਪ ਕਰਨ ਦਾ, ਤੇ ਉਹ ਗਾਣੇ 'ਚ ਮੈਂ ਰੈਪ ਪਾ ਦੂੰਗਾ ਉਹਦੇ, ਵੀ ਚੱਲ ਤੇਰੀ ਇਹਦੇ ਵਿੱਚ ਰੂਹ ਨੂੰ ਖੁਸ਼ੀ ਮਿਲ ਜੂ ਉਹਦੀ ਵੀ ਮੈਂ ਲੌਂਗੀ ਕੋਲ ਗਿਆ ਸੀਗਾ। ਨਹੀਂ ਬਾਈ, ਮੈਨੂੰ ਐ ਲੱਗਦਾ ਕਿ ਜਿਹੜੇ ਬੰਦੇ ਨੇ ਸ਼ੁਰੂਆਤੀ ਸਫ਼ਰ ਆਪਦਾ ਇਕੱਠਾ ਦੇਖਿਆ ਹੋਊ ਤਾਂ ਥੋੜਾ ਜਿਹਾ ਫੀਲ ਤਾਂ ਹੁੰਦਾ ਹੀ। ਨਹੀਂ, ਇਦਾਂ ਸਾਰੇ 3 ਜਾਣੇ ਸੀਗੇ, ਸਾਰੇ ਹੀ ਫਲੋਪ ਹੋ ਗਏ ਸੀ, ਹੈਨਾ, ਸਾਰੇ ਪ੍ਰੀਤ ਸਿਆਂ ਸੀਗਾ ਇੱਕ ਨਾਲ, ਇੱਕ ਸੋਨੀ ਸੀਗਾ,
ਇਹ ਸਾਰੇ ਪਿੱਛੇ ਹਟ ਗਏ ਜਿੱਦਾਂ ਫਰੀਦ ਦਾ ਹੋਰ ਕਾਰੋਬਾਰ ਸੀਗਾ ਜੋ ਦਲਜੀਤ ਨਾਲ ਗਾਣਾ ਆਇਆ ਸੀ ਇਕੱਠੇ ਸੀਗੇ ਉਸ ਨੂੰ ਤੁਸੀਂ ਇਕੱਠੇ ਸੀਗੇ ਜਿੱਦਾਂ ਇਹਨਾਂ ਨਾਲ ਹਨਾ ਥੋੜਾ ਜਿੱਦਾਂ ਤਿੰਨ ਜਾਣੇ ਸੀਗੇ ਅਸੀਂ ਟ੍ਰਿਪਲ ਜੀ ਗਰੁੱਪ ਦੇ ਨਾਂ ਤੋਂ ਅਸੀਂ ਟੀਮ ਸ਼ੁਰੂ ਕੀਤੀ ਸੀ ਉਹ ਜਿਹੜਾ ਸੀਗਾ ਆਪਣੀ ਮਰਜ਼ੀ ਨਾਲ ਜਿੱਦਾਂ ਸਾਰੇ ਅੱਡ ਹੋ ਗਏ ਟੀਮ ਪਾਟ ਗਈ ਤੇ ਫਿਰ ਕੀ ਹੋਇਆ ਫਿਰ ਦੁਬਾਰਾ ਇਕੱਠੇ ਨਹੀਂ ਹੋ ਪਾਏ ਮਤਲਬ ਕਿ ਤਿੰਨਾਂ ਦੀ ਥਿੰਕਿੰਗ ਅਲੱਗ ਅਲੱਗ ਸੀ ਸੋਨੀ ਦੀ ਥਿੰਕਿੰਗ ਸੀਗੀ ਸੋਹਣੀ ਮਤਲਬ ਚਲੋ ਪ੍ਰੀਤ ਦੀ ਵੀ ਉਹ ਵੀ ਬਿਜ਼ਨਸ ਹੈ ਸਾਰੇ ਚਲੋ ਵਧੀਆ ਸੀ ਆਪਣੀ ਇੱਕ ਦੂਜੇ ਨਾਲ ਥਿੰਕਿੰਗ ਮੈਚ ਨਹੀਂ ਹੋਈ ਤੇ ਪਰ ਸੋਨੀ ਮੇਰੇ ਤੋਂ ਦੁਬਾਰਾ ਆਉਣ ਨੂੰ ਫਿਰ ਤਿਆਰ ਹੋ ਗਿਆ ਸੀ ਫਿਰ ਮੈਂ ਆਹ ਮਹੀਨੇ ਦੇ ਵਿੱਚ ਆਉਣਾ ਮੈਂ ਹਾਂ ਕਰ ਦਿੱਤੀ ਸੀ ਮੈਨੂੰ ਇਹ ਆ ਵੀ ਮੈਂ ਚਾਰ ਦਿਨ ਪਹਿਲਾਂ ਗੱਲ ਕਰ ਲਈ ਮੇਰੇ ਨਾਲ ਇਹ ਇਹ ਆਈਫੋਨ ਆ ਇਹਨਾਂ ਦੀ ਸਿਕਿਉਰਿਟੀ ਬਹੁਤ ਹੁੰਦੀ ਆ ਨਹੀਂ ਤਾਂ ਜੇ ਐਂਡਰੋਇਡ ਫੋਨ ਹੁੰਦਾ ਉਹ ਰਿਕਾਰਡਿੰਗ ਹੁਣ ਤੱਕ ਵੀ ਵਿੱਚ ਹੋਣੀ ਸੀ ਸਿੱਧੂ ਨਾਲ ਵੀ ਕਦੇ ਜ਼ਿਕਰ ਹੋਇਆ ਮੁਲਾਕਾਤ ਦਾ ਕੁਝ ਮੁਲਾਕਾਤ ਹੋਈ ਸਿੱਧੂ ਮੂਸੇਵਾਲੇ ਨਾਲ ਵੀ ਕਦੇ ਰਾਬਤਾ ਹੋਇਆ ਹਾਂਜੀ ਸਿੱਧੂ ਮੂਸੇਵਾਲੇ ਨਾਲ ਕਦੇ ਰਾਬਤਾ ਹੋਇਆ